ਕਿਵੇਂ ਲੱਗਿਆ ਮੇਲਾ ਦੇਖਣ ਆਇਆ ਜੀ? ਬਹੁਤ ਵਧੀਆ ਲੱਗਾ ਜੀ। ਚਾਹੀਦੇ ਆ ਜੀ ਬਹੁਤ ਪ੍ਰਾਣ ਜੀ ਬਹੁਤ ਵਧੀਆ। ਇਹ ਤਾਂ ਵਧੀਆ ਚਾਹੀਦੇ ਹੋਰ ਵੀ। ਮੇਲਾ ਗਵਾਚਿਆ ਉਹਨਾਂ ਕੀ ਰਾਜਾ ਦਾ ਪਿਆ ਆ, ਪਰ ਇਹਨਾਂ ਵਧੀਆ ਚਾਹੀਦਾ ਹੋਰ ਵੀ। ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਹੈਗੇ ਇਹੋ ਜਿਹੇ ਮੇਲੇ ਦਾ ਹਿੱਸਾ ਬਣਨਾ ਚਾਹੀਦਾ, ਉਹਨਾਂ ਨੂੰ ਬਣਨਾ ਚਾਹੀਦਾ ਜੀ। ਜੇ ਮੇਲੇ ਚਾਹਵਾਂ 'ਚ ਸਾਡੇ ਵਰਗੇ ਤੁਰੇ ਫਿਰਦੇ ਨੌਜਵਾਨਾਂ ਨੂੰ ਕੀ ਗੱਲ ਆ? ਨੇਡਾ 'ਚ ਵੀ ਤੁਰੇ ਫਿਰਦੇ, ਧੱਕੇ ਖਾਂਦੇ ਫਿਰਦੇ, ਇੰਗਲੈਂਡ 'ਚ ਧੱਕੇ ਖਾਂਦੇ ਫਿਰਦੇ, ਆਸਟ੍ਰੇਲੀਆ 'ਚ ਧੱਕੇ ਖਾਂਦੇ ਫਿਰਦੇ, ਵਾਈ ਨੋਟਿਸ 'ਤੇ ਕਿਉਂ ਨਹੀਂ? ਇੱਥੇ ਸਭ ਕੁਛ ਹੈਗਾ। ਜੇ 10 ਕਿੱਲੇ ਦਾ ਮਾਲਕ ਹੈ, 5 ਕਿੱਲੇ ਮਾਲਕ, 1 ਕਿੱਲੇ ਦਾ ਮਾਲਕ ਹੈ, ਉਹ ਵੀ ਖੇਤੀ ਵਧੀਆ ਕਰ ਸਕਦਾ। ਕਿੰਨੇ ਕੁ ਚੀਜ਼ਾਂ ਬਦਲ ਚੁੱਕੀਆਂ ਪਹਿਲਾਂ ਨਾਲੋਂ, ਕਿਉਂਕਿ ਤੁਸੀਂ ਪਹਿਲਾਂ ਆਪਣੀ ਉਮਰ ਜਿਹੜੀਆਂ ਨਾ 80% ਚੀਜ਼ਾਂ ਬਦਲ ਚੁੱਕੀਆਂ। 80% ਅਸੀਂ ਤਾਂ ਅੱਜ ਤੋਂ 30 ਸਾਲ ਪਹਿਲਾਂ ਦੇ ਆਉਂਦੇ ਹਾਂ ਮੇਲਾ ਦੇਖਣ, ਇੱਥੇ ਹਰ ਸਾਲ ਆਉਂਦੇ ਹਾਂ, ਅਤੇ ਬਹੁਤ ਜ਼ਿਆਦਾ ਫਰਕ ਪੈ ਗਿਆ। ਨਵੀਂ ਟੈਕਨੋਲੋਜੀ ਆ ਗਈ, ਨਵੀਂ ਟੈਕਨੋਲੋਜੀ। ਖੇਤੀਬਾੜੀ ਵਾਸਤੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਫਸਲਾਂ ਬਾਰੇ ਜਾਣਕਾਰੀਆਂ ਮਿਲਦੀਆਂ ਨੇ। ਬਿਲਕੁਲ ਜ਼ਰੂਰੀ ਆ। ਇਹ ਤਾਂ ਇਹ ਪੰਜਾਬ 'ਚ ਨਹੀਂ, ਇਹ ਤਾਂ ਦੁਨੀਆ ਵਿੱਚ ਵੀ ਜਿੱਥੇ ਮੇਲੇ ਇੱਦਾਂ ਦੇ ਲੱਗਣੇ ਚਾਹੀਦੇ ਆ, ਉਹਦੇ ਵਿੱਚ ਜ਼ਿਮੀਦਾਰ ਆਪਣੇ ਪੰਜਾਬੀਆਂ ਨੂੰ ਖਾਸ ਕਰਕੇ ਆਉਣਾ ਚਾਹੀਦਾ, ਬਹੁਤ ਜ਼ਰੂਰੀ ਆ। ਖਾਸ ਕਰ ਆਪਣੇ ਯੂਥ ਨੂੰ ਜਾਣਾ ਚਾਹੀਦਾ, ਕਿਉਂਕਿ ਯੂਥ ਹਨ ਇਸ ਵੇਲੇ ਬਹੁਤ ਅਗਰੈਸਿਵ ਆ। ਸਤਿ ਸ਼੍ਰੀ ਅਕਾਲ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਗਗਨ ਸਮਾਧ। ਲੁਧਿਆਣਾ ਦੇ ਵਿੱਚ PAU ਕਿਸਾਨ ਮੇਲਾ ਜਿਹੜਾ ਸ਼ੁਰੂ ਹੋ ਚੁੱਕਿਆ, ਅਤੇ ਪਹਿਲੀ ਝਲਕ ਜਿਹੜੀ ਮੇਲੇ ਦੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਬਹੁਤ ਸਾਰੀਆਂ ਮਸ਼ੀਨਾਂ ਇਸ ਵਾਰ ਨਵੀਆਂ ਇਹਨਾਂ ਨੇ ਮੇਲੇ ਦੇ ਵਿੱਚ, ਲੋਕ ਜਿਹੜੇ ਨੇ ਹੁੰਮ ਹੁਮਾ ਕੇ ਪਹੁੰਚ ਰਹੇ ਨੇ। ਸਾਲ ਦੇ ਵਿੱਚ ਜੋ 2 ਵਾਰੇ ਮੇਲਾ ਲੱਗਦਾ, ਅਤੇ ਇਸ ਵਾਰ ਜਿਹੜਾ ਕਿਸਾਨੀ ਮੇਲਾ ਵੱਡੇ ਪੱਧਰ 'ਤੇ ਲੱਗਿਆ, ਅਤੇ ਬਹੁਤ ਸਾਰੇ ਕਿਸਾਨ ਸ਼ਿਰਕਤ ਕਰ ਰਹੇ ਆ ਇਸ ਮੇਲੇ ਦੇ ਵਿੱਚ। ਅਤੇ ਆਓ ਅੰਦਰ ਲੈ ਕੇ ਚੱਲਦੇ ਹਾਂ, ਤਸਵੀਰਾਂ ਤੁਹਾਨੂੰ ਮੇਲੇ ਦੀਆਂ ਦਿਖਾਉਣੇ ਆ, ਕੀ ਕੁਝ ਖਾਸ ਹੋਣ ਵਾਲਾ ਅਤੇ ਕੀ ਕੁਝ ਇਸ ਵਾਰ ਨਵਾਂ ਆਇਆ। ਸੋ ਲੁਧਿਆਣਾ ਕਿਸਾਨ ਮੇਲੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਦੂਰੋਂ ਦੂਰੋਂ ਜਿਹੜੇ ਲੋਕ ਨੇ ਕਿਸਾਨ ਮੇਲੇ ਦਾ ਹਿੱਸਾ ਬਣਨ ਦੇ ਲਈ ਆਉਂਦੇ ਨੇ, ਲੋਕ ਤਰ੍ਹਾਂ ਤਰ੍ਹਾਂ ਦੀ ਜਿਹੜੀ ਮਸ਼ੀਨਰੀ ਹੈ ਇੱਥੋਂ ਜਿਹੜੀ ਦੇਖ ਕੇ ਜਾਂਦੇ ਨੇ, ਉਸ ਤੋਂ ਬਾਅਦ ਖਰੀਦਦਾਰੀ ਕਰਦੇ ਨੇ, ਅਤੇ ਦਿਲਕਸ਼ ਜਿਹੜਾ ਨਜ਼ਾਰਾ ਹੈਗਾ ਲੁਧਿਆਣਾ ਕਿਸਾਨ ਮੇਲੇ ਦਾ। ਰੌਣਕਾਂ ਲੱਗੀਆਂ ਹੋਈਆਂ ਨੇ, ਲੋਕ ਵੀ ਲਗਾਤਾਰ ਜਿਹੜੇ ਇੱਥੇ ਬਣੇ ਹੋਏ ਨੇ। ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਮਸ਼ੀਨਰੀ ਲੱਗੀ ਹੋਈ ਆ, ਅਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਵੀ ਕੀਤੇ ਗਏ ਨੇ। ਪਿਛਲੀ ਵਾਰ ਦੀ ਗੱਲ ਕਰੀਏ ਤਾਂ ਜ਼ਿਆਦਾ ਮੀਂਹ ਪੈਣ ਦੇ ਕਾਰਨ ਉਹ ਪਹਿਲਾਂ ਵਾਲੀ ਗੱਲ ਨਹੀਂ ਸੀ, ਪਰ ਇਸ ਵਾਰ ਜਿਹੜਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਲੁਧਿਆਣਾ 'ਚ ਕਿਸਾਨ ਮੇਲੇ ਦਾ। ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਮੇਲੇ ਦੇ ਵਿੱਚ ਕੀ ਕੁਝ ਜਿਹੜਾ ਖਾਸ ਇਸ ਵਾਰ, ਅਤੇ ਕੀ ਕੁਝ ਜਿਹੜਾ ਵੱਖਰਾ ਹੋਣ ਵਾਲਾ। ਅਤੇ ਅੰਕਲ ਜੀ ਆਏ ਨੇ। ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ ਜੀ? ਪਵਾੜਿਓਂ ਆਏ ਹਾਂ ਜੀ। ਅੰਕਲ ਜੀ ਕਿਵੇਂ ਲੱਗਿਆ ਮੇਲਾ ਦੇਖਣ ਆਇਆ ਜੀ? ਬਹੁਤ ਵਧੀਆ ਲੱਗਾ ਜੀ। ਚਾਹੀਦੇ ਆ ਜੀ ਬਹੁਤ ਪ੍ਰਾਣ ਜੀ ਬਹੁਤ ਵਧੀਆ। ਇਹ ਤਾਂ ਵਧੀਆ ਚਾਹੀਦੇ ਹੋਰ ਵੀ। ਮੇਲਾ ਗਵਾਚਿਆ ਉਹਨਾਂ ਕੀ ਰਾਜਾ ਦਾ ਪਿਆ ਆ, ਪਰ ਇਹਨਾਂ ਵਧੀਆ ਚਾਹੀਦਾ ਹੋਰ ਵੀ। ਤੁਹਾਡੀ ਉਮਰ ਦੇ ਮੁਤਾਬਕ ਪਹਿਲਾਂ ਬਹੁਤ ਸਾਰੇ ਮੇਲੇ ਤੁਸੀਂ ਦੇਖੇ ਹੋਣਗੇ, ਇਸ ਵਾਰ ਵੱਖਰਾ ਕੀ ਲੱਗਿਆ? ਐਕਚੁਲੀ ਰਸ਼ ਬਹੁਤ ਜ਼ਿਆਦਾ ਆ, ਮਤਲਬ ਲੋਕਾਂ ਨੂੰ ਅਵੇਅਰਨੈਸ ਬਹੁਤ ਹੋ ਗਈ ਆ ਜ਼ਿਮੀਂਦਾਰ ਨੂੰ ਖਾਸ ਕਰਕੇ, ਅਤੇ ਜ਼ਿਮੀਂਦਾਰ ਚਾਹੁੰਦਾ ਹੈ ਵੀ ਸਾਨੂੰ ਕੋਈ ਨਾ ਕੋਈ ਲੱਭੇ, ਪਰ ਅਸੀਂ ਲੱਭ ਨਹੀਂ ਰਿਹਾ ਕੁਛ ਵੀ ਉਹਨੂੰ, ਪਰ ਲੱਭਣਾ ਚਾਹੀਦਾ। ਜਿੱਥੇ ਯੂਨੀਵਰਸਿਟੀ ਨੇ ਕੋਈ ਲੱਭਣਾ, ਹੋਰ ਕਿਸੇ ਲੱਭਣਾ ਆ? ਹੋਰ ਦੱਸੋ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ? ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਹੈਗੇ ਇਹੋ ਜਿਹੇ ਮੇਲੇ ਦਾ ਹਿੱਸਾ ਬਣਨਾ ਚਾਹੀਦਾ, ਉਹਨਾਂ ਨੂੰ ਵੀ ਬਣਨਾ ਚਾਹੀਦਾ ਜੀ। ਜੇ ਮੇਲੇ ਚਾਹਵਾਂ 'ਚ ਸਾਡੇ ਵਰਗੇ ਤੁਰੇ ਫਿਰਦੇ ਨੌਜਵਾਨਾਂ ਨੂੰ ਕੀ ਗੱਲ ਆ? ਨੇਡਾ 'ਚ ਵੀ ਤੁਰੇ ਫਿਰਦੇ, ਧੱਕੇ ਖਾਂਦੇ ਫਿਰਦੇ, ਇੰਗਲੈਂਡ 'ਚ ਧੱਕੇ ਖਾਂਦੇ ਫਿਰਦੇ, ਆਸਟ੍ਰੇਲੀਆ 'ਚ ਧੱਕੇ ਖਾਂਦੇ ਫਿਰਦੇ, ਵਾਈ ਨੋਟਿਸ 'ਤੇ ਕਿਉਂ ਨਹੀਂ? ਇੱਥੇ ਸਭ ਕੁਛ ਹੈਗਾ। ਜੇ 10 ਕਿੱਲੇ ਦਾ ਮਾਲਕ ਹੈ, 5 ਕਿੱਲੇ ਮਾਲਕ, 1 ਕਿੱਲੇ ਦਾ ਮਾਲਕ ਹੈ, ਉਹ ਵੀ ਖੇਤੀ ਵਧੀਆ ਕਰ ਸਕਦਾ, ਪਰ ਕਰਨਾ ਨਹੀਂ ਚਾਹੁੰਦੇ। ਲੱਗਦਾ ਵੀ ਇਹ ਮੇਲੇ ਤੋਂ ਜਿਹੜੇ ਲੋਕ ਇੱਥੇ ਆਉਂਦੇ ਨੇ, ਕਿਸਾਨ ਆਉਂਦੇ ਨੇ, ਕਿਸਾਨਾਂ ਨੂੰ ਖੇਤੀਬਾੜੀ ਵਾਸਤੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਫਸਲਾਂ ਬਾਰੇ ਜਾਣਕਾਰੀਆਂ ਮਿਲਦੀਆਂ ਨੇ? ਬਿਲਕੁਲ ਜ਼ਰੂਰੀ ਆ। ਇਹ ਤਾਂ ਇਹ ਪੰਜਾਬ 'ਚ ਨਹੀਂ, ਇਹ ਤਾਂ ਦੁਨੀਆ ਵਿੱਚ ਵੀ ਜਿੱਥੇ ਮੇਲੇ ਇੱਦਾਂ ਦੇ ਲੱਗਣੇ ਚਾਹੀਦੇ ਆ, ਉਹਦੇ ਵਿੱਚ ਜ਼ਿਮੀਂਦਾਰ ਆਪਣੇ ਪੰਜਾਬੀਆਂ ਨੂੰ ਖਾਸ ਕਰਕੇ ਆਉਣਾ ਚਾਹੀਦਾ, ਬਹੁਤ ਜ਼ਰੂਰੀ ਆ। ਖਾਸ ਕਰ ਆਪਣੇ ਯੂਥ ਨੂੰ ਜਾਣਾ ਚਾਹੀਦਾ, ਕਿ ਯੂਥ ਹਨ ਇਸ ਵੇਲੇ ਬਹੁਤ ਅਗਰੈਸਿਵ ਆ, ਇੱਥੋਂ ਕੈਨੇਡਾ ਭੱਜਿਆ ਫਿਰਦਾ, ਆਸਟ੍ਰੇਲੀਆ ਭੱਜਿਆ ਫਿਰਦਾ, ਵਾਈ ਨੋਟ ਇੱਥੇ ਕਿਉਂ ਨਹੀਂ? ਇੱਥੇ ਸਭ ਕੁਛ ਹੈਗਾ ਆ, ਧਰਤੀ ਫਟਾਈਲ ਆ, ਦੁਨੀਆ ਇੱਧਰ ਨੂੰ ਭੱਜੀ ਫਿਰਦੀ ਆ, ਲੋਕ ਸਾਡੀ ਜ਼ਮੀਨਾਂ ਖਰੀਦੇ ਫਿਰਦੇ ਆ ਬਾਹਰੋਂ ਸਟੇਟਾਂ 'ਚੋਂ, ਅਸੀਂ ਕਿਉਂ ਨਹੀਂ ਕਰ ਸਕਦੇ ਆਪਾਂ 'ਚ ਬੈਠੇ ਹਾਂ ਤਾਂ, ਠੀਕ ਹੈ ਨਾ? ਅੰਕਲ ਜੀ ਮੇਲਾ ਦੇਖਣ ਆਏ ਹੋ, ਕੀ ਖਾਸ ਹੈਗਾ ਇਸ ਵਾਰ ਲੱਗਿਆ ਮੇਲੇ ਦੇ ਵਿੱਚ ਕੁਝ ਖਾਸ? ਖਾਸ ਤਾਂ ਜਿਹੜਾ ਕੁਛ ਅੱਗੇ ਲੱਗਿਆ ਹੁੰਦਾ ਸੀ ਉਹਦੇ ਨਾਲ ਦਾ ਹੀ ਆ, ਹਰ ਇੱਕ ਦਾ ਧੱਕਾ ਵੀ ਜ਼ਿਆਦਾ ਹੈਗਾ, ਚਲੋ ਤਾਂ ਕੋਈ ਗੱਲ ਨਹੀਂ, ਸਾਰੇ ਇੱਕ ਵਧੀਆ ਆਪਦੇ ਤੌਰ 'ਤੇ ਦਿਖਾ ਰਹੇ ਆ ਸੰਦਾਂ ਨੂੰ। ਇੱਕ ਮੈਂ ਚੀਜ਼ ਪੁੱਛਣੀ ਚਾਹੂੰਗਾ, ਲੱਗਦਾ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਵਾਲਾ ਰੁੱਖ ਕਰ ਲਈ ਹੈ, ਵੀ ਜੇ ਇਹੋ ਜਿਹੇ ਮੇਲਿਆਂ ਦਾ ਹਿੱਸਾ ਬਣਨ, ਕੋਈ ਫਸਲਾਂ ਬਾਰੇ ਜਾਣਕਾਰੀਆਂ ਲੈਣ, ਤਾਂ ਇੱਧਰ ਚੰਗੀਆਂ ਫਸਲਾਂ ਜਿਹੜੀਆਂ ਬੀਜੀਆਂ ਜਾ ਸਕਦੀਆਂ, ਮੁਨਾਫਾ ਕਮਾਇਆ ਜਾ ਸਕਦਾ? ਇੱਧਰ ਤਾਂ ਫੇਰ ਹੀ ਰੁੱਕ ਸਕਦੇ ਆ ਉਹ, ਵੀ ਜੇ ਸਰਕਾਰਾਂ ਸਾਥ ਦੇਣ ਦਾ, ਸਰਕਾਰਾਂ ਉਹਨਾਂ ਨੂੰ ਰੋਕ ਕੇ ਰਾਜੀ ਨਹੀਂ ਨਾ ਹੈਗੀਆਂ, ਇਹਨਾਂ ਸੰਦਾਂ ਦਾ ਫੇਰ ਹੀ ਵਰਤੋਂ ਕਰਨਗੇ ਜੇ ਇੱਥੇ ਰਹਿਣਗੇ। ਇੱਥੇ ਤਾਂ ਸਿਰਫ ਜਿਹੜੇ ਅਨਪੜ੍ਹ ਉਹੀ ਰਹਿਣੇ ਆ, ਜਿਹੜੇ ਪੜ੍ਹੇ ਲਿਖੇ ਵਰਗ ਦਾ ਉਹ ਜਵਾਬ ਬਾਹਰ ਜਾ ਰਿਹਾ, ਉਹ ਕਹਿੰਦੇ ਜਦ ਸਾਡੇ ਮੰਤਰੀ ਅਨਪੜ੍ਹ ਨੇ
ਅਸੀਂ ਕਿਉਂ ਪੜ੍ਹੇ ਲਿਖੇ ਇੱਥੇ ਰਹੀਏ ਅਸੀਂ ਵੀ ਅਨਪੜ੍ਹ ਰਹਿਣ ਇੱਥੇ ਅਨਪੜ੍ਹ ਹੀ ਰਹਿਣਗੇ ਲੱਗਿਆ ਕੁਝ ਵੱਖਰਾ ਹੈਗਾ ਮੇਲੇ ਦੇ ਵਿੱਚ ਪਹਿਲਾਂ ਨਾਲੋਂ ਨਹੀਂ ਠੀਕ ਆ ਵਧੀਆ ਪ੍ਰਬੰਧ ਵਧੀਆ ਨੇ ਯੂਨੀਵਰਸਿਟੀ ਦੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੇਲਾ ਲੱਗਿਆ ਕਿਵੇਂ ਲੱਗਿਆ ਇਸ ਵਾਰ ਮੇਲਾ ਵਧੀਆ ਲੱਗਿਆ ਜੀ ਪਰ ਖੱਜਲ ਖੁਆਰੀ ਬਹੁਤ ਆ ਕਿਹੜੀ ਗੱਲ ਹੋ ਕਿ ਹੁਣ 5-5 ਕਿਲੋਮੀਟਰ ਤੋਂ ਲੋਕ ਤੁਰ ਕੇ ਆ ਰਹੇ ਨੇ ਮੰਤਰੀਆਂ ਨੇ ਆਪਾਂ ਨੂੰ ਇੱਥੇ ਕੀ ਦੇ ਕੇ ਜਾਣਾ ਕੁਛ ਆ ਕੇ ਉਹਨਾਂ ਨੂੰ ਆਉਣ ਵਾਸਤੇ ਸਾਰੇ ਟ੍ਰੈਫਿਕ ਜਾਮ ਕੀਤੀ ਹੋਈ ਹੈ ਦੱਸੋ ਇੰਨੀ ਗਰਮੀ ਦੇ ਵਿੱਚ ਬੰਦਾ ਦੇਖਣ ਦਾ ਲੋਕ ਮੇਲਾ ਆਉਂਦੇ ਆ ਅਗਲਾ ਉੱਥੋਂ ਤੁਰ ਕੇ ਆਉਂਦਾ ਜਾਂ ਨੂੰ ਹੰਭ ਕੇ ਫਿਰ ਮੁੜ ਜਾਂਦਾ ਵਾ ਕੀ ਦੇਖੂ ਇੱਥੇ ਆ ਕੇ ਪਿਛਲੇ ਮੇਲਿਆਂ ਦੇ ਮੁਕਾਬਲੇ ਇਸ ਵਾਰ ਕੋਈ ਲੱਗਿਆ ਵੱਖਰੇ ਇੰਤਜ਼ਾਮ ਆ ਜਾਂ ਕੋਈ ਵੱਖਰੇ ਪ੍ਰਬੰਧ ਆ ਪ੍ਰਬੰਧ ਤਾਂ ਉਹੋ ਜਿਹੇ ਆ ਜਿਹੋ ਜਿਹੇ ਪਹਿਲਾਂ ਹੁੰਦੇ ਪ੍ਰਬੰਧ ਤਾਂ ਉਹੀ ਆ ਕੋਈ ਜ਼ਿਆਦਾ ਫਰਕ ਤਾਂ ਲੱਗਿਆ ਨਹੀਂ ਆ ਪਰ ਜਾਣੀ ਅੱਗੇ ਥੋੜ੍ਹਾ ਜਿਹਾ ਅਗਲਾ ਨੇੜੇ ਆ ਜਾਂਦਾ ਸੀਗਾ ਹੁਣ ਟ੍ਰੈਫਿਕ ਬਾਹਲੀ ਪਿੱਛੇ ਰੋਕਣ ਲੱਗ ਗਏ ਨੇ ਮੇਲਾ ਵੇਖਣ ਆਏ ਹੋ ਕਿਸਾਨ ਮੇਲਾ ਲੱਗਿਆ ਕੀ ਕੁਝ ਵੱਖਰਾ ਐਤਕੀ ਪਹਿਲਾਂ ਨਾਲ ਸਾਰਾ ਕੁਝ ਵੱਖਰਾ ਆ ਨਵੇਂ ਨਵੇਂ ਨਵੀਂ ਟੈਕਨੋਲੋਜੀ ਆ ਨਵਾਂ ਪੁਰਾਣਾ ਤਾਂ ਸਭ ਕੁਝ ਖਤਮ ਹੀ ਹੋ ਗਿਆ ਨਵਾਂ ਆ ਬਾਹਰਲੀਆਂ ਕੰਪਨੀਆਂ ਆਈਆਂ ਕਿੰਨੇ ਕੁ ਚੀਜ਼ਾਂ ਬਦਲ ਚੁੱਕੀਆਂ ਪਹਿਲਾਂ ਨਾਲੋਂ ਕਿਉਂਕਿ ਤੁਸੀਂ ਪਹਿਲਾਂ ਆਪਣੀ ਉਮਰ ਜਿਹੜੀਆਂ ਨਾ 80% ਚੀਜ਼ਾਂ ਬਦਲ ਚੁੱਕੀਆਂ 80% ਅਸੀਂ ਤਾਂ ਅੱਜ ਤੋਂ 30 ਸਾਲ ਪਹਿਲਾਂ ਦੇ ਆਉਂਦੇ ਹਾਂ ਮੇਲਾ ਦੇਖਣ ਇੱਥੇ ਹਰ ਸਾਲ ਆਉਂਦੇ ਹਾਂ ਅਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਨਵੀਂ ਟੈਕਨੋਲੋਜੀ ਆ ਗਈ ਨਵੀਂ ਟੈਕਨੋਲੋਜੀ ਪ੍ਰਬੰਧ ਕਿਹੋ ਜਿਹੇ ਹੈਗੇ ਇਸ ਵਾਰ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਅੱਛਾ ਪ੍ਰਬੰਧ ਆ ਕਿਸਾਨ ਵੀਰ ਆਪਣਾ ਜਿਹੜਾ ਹੋਇਆ ਬੀਜ ਅਤੇ ਹੋਰ ਟਾਂਡਾਵੜ ਮੋਡ ਡਿਸਟ੍ਰਿਕਟ ਅਸ਼ਾਰ ਸੋ ਲੁਧਿਆਣਾ ਦੇ PAU ਕਿਸਾਨ ਮੇਲੇ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕਿ ਭਾਰੀ ਗਿਣਤੀ ਦੇ ਵਿੱਚ ਕਿਸਾਨ ਵੀਰ ਇਸ ਮੇਲੇ ਨੂੰ ਦੇਖਣ ਵਾਸਤੇ ਆਉਂਦੇ ਨੇ ਦੂਰੋਂ ਦੂਰੋਂ ਲੋਕ ਸ਼ਿਰਕਤ ਕਰਦੇ ਨੇ ਇਸ ਮੇਲੇ ਦੇ ਵਿੱਚ ਅਤੇ ਅਲੱਗ ਅਲੱਗ ਜਿਹੜੇ ਲੋਕਾਂ ਦੇ ਵਿਚਾਰ ਨੇ ਇਸ ਮੇਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਸਿਟੀ ਐਰਲਾਈਨਸ ਦੇਖ ਰਹੇ ਹੋ ਮੈਂ ਤੁਹਾਡਾ ਦੋਸਤ ਗਗਨ ਸਮਾਧ ਕੈਮਰਾ ਪਰਸਨ ਵਿਸ਼ੂ ਸੰਗਤ ਦੇ ਨਾਲ